ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਪੰਜ ਦੋਖ ਅਸਾਧ ਜਾਮੈ ਤਾ ਕੀ ਕੀਤਕ ਆਸ ਇੱਥੇ ਸਤਿਗੁਰੂ ਰਵਦਾਸ ਜੀ ਮਹਾਰਾਜ ਉਹਨਾਂ ਪੰਜਾਂ ਪ੍ਰਾਣੀਆਂ ਦਾ ਉਹਨਾਂ ਪੰਜ ਜੀਵਾਂ ਦਾ ਜ਼ਿਕਰ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਔਗਣ ਭਾਰੂ ਹੈ ਸਿਰਫ ਇੱਕ ਔਗਣ ਭਾਰੂ ਹੈ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਇੱਕੋ ਗੁਣ ਕਰਕੇ ਇੱਕ ਦੋਸ਼ ਦੇ ਕਾਰਨ ਉਹਨਾਂ ਦਾ ਨਾਸ ਹੋ ਜਾਂਦਾ ਬਨਾਸ਼ ਹੋ ਜਾਂਦਾ ਉਹ ਮਾਰੇ ਜਾਂਦੇ ਨੇ ਅਸੀਂ ਜੋ ਪ੍ਰਾਣੀ ਮਨੁੱਖਾ ਜੂਨ ਦੇ ਵਿੱਚ ਬੈਠੇ ਆ ਜੋ ਮਨੁੱਖ ਹੈ ਇਹਨਾਂ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਪੰਜ-ਪੰਜ ਦੋਖ ਨੇ ਪੰਜ-ਪੰਜ ਔਗਣਾਂ ਦੇ ਨਾਲ ਭਰਿਆ ਹੋਇਆ ਹੈ ਅਸੀਂ ਅਨਪੜਤਾ ਦੇ ਨਾਲ ਪਿਆਰ ਪਾਈ ਬੈਠੇ ਆ ਉੱਤੋਂ ਜਿਹੜਾ ਸਾਡੇ ਵਿੱਚ ਇੱਕ ਹੋਰ ਦੁੱਖ ਹੈ ਉਹ ਇਹ ਹੈ ਕਿ ਅਸੀਂ ਪਿਆਰ ਵੀ ਅਨਪੜਤਾ ਦੇ ਨਾਲ ਨਾ ਸਮਝੀ ਦੇ ਨਾਲ ਅਗਿਆਨਤਾ ਦੇ ਨਾਲ ਪਿਆਰ ਪਾਈ ਬੈਠੇ ਸਾਡੇ ਰਹਿਬਰ ਉਹਨਾਂ ਨੂੰ ਉੱਚਾ ਉਠਾਉਣ ਦੇ ਲਈ ਆਪਣਾ ਸਾਰਾ ਜੀਵਨ ਲਾ ਕੇ ਚਲੇ ਗਏ ਲੇਕਿਨ ਇਹ बार-बार ਫੇਰ ਉੱਥੇ ਹੀ ਡਿੱਗ ਜਾਂਦੇ ਨੇ ਉਹ ਬਾਰ-ਬਾਰ ਉੱਥੇ ਜਾ ਕੇ ਫੇਰ ਡਿੱਗਦੇ ਨੇ ਜਾਣੀ ਕਿ ਆਪਣੀ ਬੁੱਧੀ ਤੇ ਆਪਣੇ ਦਿਮਾਗ ਤੇ ਇਹ ਭਾਰ ਦੇ ਕਈ ਰਾਜੀ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਉਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਜੀ ਜਮਾਲਪੁਰਾ ਬਾਣਾ ਚੰਡੀਗੜ੍ਹ ਰੋਡ ਵਿਖੇ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਦੇ 40 ਸ਼ਬਦਾਂ ਦੀ ਵਿਚਾਰ ਚੱਲ ਰਹੀ ਆ ਤੇ ਅੱਜ ਦਾ ਜੋ ਸ਼ਬਦ ਹੈ ਪਹਿਲਾਂ ਆਪਾਂ ਉਹਦਾ ਪਾਠ ਕਰਾਂਗੇ ਤੇ ਫਿਰ ਉਹਦੀ ਰਲ ਮਿਲ ਕੇ ਵਿਚਾਰ ਕਰਾਂਗੇ ਸਤਨਾਮ ਸ੍ਰੀ ਵਾਹਿਗੁਰੂ ਆਸਾ ਬਾਣੀ ਸ੍ਰੀ ਰਬਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਪੰਜ ਦੋਖ ਅਸਾਦ ਜਾਮੈ ਤਾ ਕੀ ਕੀਤਕ ਆਸ ਮਾਦੋ ਬਿਦਿਆ ਹਿਤਕੀਨ ਬਬੇਕ ਦੀਪ ਮਲੇਨ ਰਹਾਉ ਤਰੇਗਤ ਜੋਨ ਅਚੇਤ ਸੰਭਵ ਪੁਨ ਪਾਪ ਅਸੋਚ ਮਨੁੱਖਾ ਅਵਤਾਰ ਦੁਲਭ ਤੇਹੀ ਸੰਗਤ ਪੂਚ ਜੀ ਜੰਤ ਜਹਾ ਜਹਾਂ ਲਗ ਕਰਮ ਕੇ ਵਸ ਜਾਏ ਕਾਲ ਫਾਸ ਅਬਦ ਲਾਗੈ ਕਛੂ ਨ ਚਲੇ ਉਪਾਇ ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮ ਆਨੰਦ ਕਰੋ ਨਿਦਾਨ ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ परमानंद करू ने दान ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਸਾਧ ਸੰਗਤ ਜੀ ਉਹ ਆਪ ਜੀ ਨੇ ਆਸਾ ਰਾਗ ਦੇ ਵਿੱਚ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਇਸ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਇਹਦੀ ਵਿਚਾਰ ਕਰੀਏ ਮਿਰਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਇੱਥੇ ਸਤਿਗੁਰੂ ਰਬਦਾਸ ਜੀ ਮਹਾਰਾਜ ਉਹਨਾਂ ਪੰਜਾਂ ਪ੍ਰਾਣੀਆਂ ਦਾ ਉਹਨਾਂ ਪੰਜ ਜੀਵਾਂ ਦਾ ਜ਼ਿਕਰ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਔਗਣ ਭਾਰੂ ਹੈ ਸਿਰਫ ਇੱਕ ਔਗਣ ਭਾਰੂ ਹੈ ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਇੱਕ ਔਗਣ ਕਰਕੇ ਇੱਕ ਦੋਸ਼ ਦੇ ਕਾਰਨ ਉਹਨਾਂ ਦਾ ਨਾਸ਼ ਹੋ ਜਾਂਦਾ ਬਨਾਸ਼ ਹੋ ਜਾਂਦਾ ਉਹ ਮਾਰੇ ਜਾਂਦੇ ਨੇ ਜਿਵੇਂ ਕਿ ਜਿਹੜਾ ਮਿਰਗ ਹੈ ਮਿਰਗ ਨੂੰ ਜਦੋਂ ਸ਼ਿਕਾਰੀ ਨੇ ਫੜਨਾ ਹੁੰਦਾ ਹੈ ਤਾਂ ਉਹ ਜਾਲ ਵਸਾਉਂਦਾ ਹੈ ਤੇ ਇੱਕ ਕੰਡਾ ਜਿਹੜਾ ਹੁੰਦਾ ਹੈ ਜਿਹਦੀ ਆਵਾਜ਼ ਵੱਲ ਨੂੰ ਮਿਰਗ ਭੱਜਦਾ ਹੈ ਕੰਡਾ ਜਿਹੜਾ ਇੱਕ ਇਹੋ ਜਿਹਾ ਸਾਜ਼ ਹੈ ਸ਼ਿਕਾਰੀ ਉਹ ਜਾਲ ਦੇ ਵਿੱਚ ਬਹਿ ਕੇ ਉਹ ਜਦੋਂ ਵਜਾਉਂਦਾ ਹੈ ਕੰਡੇ ਜਿਹੜੇ ਨੂੰ ਲੁੱਕ ਕੇ ਤਾਂ ਉਹਦੀ ਆਵਾਜ਼ ਦੇ ਨਾਲ ਦਾ ਦੇ ਵਿੱਚ ਮੋਇਆ ਹੋਇਆ ਕਿਉਂਕਿ ਉਹ ਕੰਨ ਰਸ ਹੈ ਮਿਰਗ ਦਾ ਜਿਹੜਾ ਕੰਨਰਾਸ ਹੈ ਉਹ ਕੰਡੇ ਛੜੇ ਦੀ ਜਿਹੜੀ ਆਵਾਜ਼ ਆ ਉਹਦੇ ਉੱਤੇ ਮੋਹਿਆ ਜਾਂਦਾ ਹੈ ਮੋਹਤ ਹੋ ਜਾਂਦਾ ਹੈ ਜਿਸ ਕਾਰਨ ਉਹ ਉਸ ਆਵਾਜ਼ ਵੱਲ ਨੂੰ ਭੱਜਦਾ ਹੈ ਤੇ ਭੱਜਣ ਕਰਕੇ ਅੱਗੇ ਉਹ ਜਾਣ ਲੱਗਿਆ ਹੁੰਦਾ ਹੈ ਤੇ ਉਹਦੇ ਵਿੱਚ ਫਸ ਜਾਂਦਾ ਤੇ ਸ਼ਿਕਾਰੀ ਉਹਨੂੰ ਫੜ ਲੈਂਦਾ ਹੈ ਤੇ ਇਸ ਕਾਰਨ ਉਹ ਮਾਰਿਆ ਜਾਂਦਾ ਹੈ ਫਿਰ ਮੀਨ ਮੱਛੀ ਦਾ ਜ਼ਿਕਰ ਹੈ ਪਾਣੀ ਦੇ ਵਿੱਚ ਜੋ ਮੱਛੀ ਹੈ ਉਹਨੂੰ ਜੀਵ ਦਾ ਸੁਆਦ ਆ ਉਹ ਪਾਣੀ ਦੇ ਵਿੱਚ ਇੱਧਰ ਉੱਧਰ ਭੱਜਦੀ ਰਹਿੰਦੀ ਆ ਕੋਈ ਨਾ ਕੋਈ ਚੀਜ਼ ਖਾਣ ਵਸਤੂ ਖਾਣ ਦੇ ਲਈ ਜੀਬ ਖਾਣ ਦੇ ਲਈ ਉਹ ਹਰ ਸਮੇਂ ਗੇੜੇ ਮਾਰਦੀ ਰਹਿੰਦੀ ਆ ਉਹ ਉਹ ਜਦੋਂ ਉਹਨੂੰ ਫੜਨ ਦੇ ਲਈ ਸ਼ਿਕਾਰੀ ਕੁੰਡੀ ਲਾ ਕੇ ਪਾਣੀ ਦੇ ਵਿੱਚ ਸੁੱਟ ਦਿੰਦੇ ਹਨ ਆਟਾ ਲਾ ਕੇ ਤਾਂ ਉਹ ਉਹ ਸਵਾਦ ਦੇ ਕਾਰਨ ਜੋ ਆਟਾ ਉਹਦੇ ਨੂੰ ਲੱਗਿਆ ਹੁੰਦਾ ਹੈ ਮੱਛੀ ਆਟੇ ਵਾਲੇ ਨੂੰ ਭੱਜਦੀ ਹੈ ਪਰ ਉਹ ਜਦੋਂ ਆਟਾ ਖਾਂਦੀ ਆ ਤਾਂ ਉਹ ਤੇ ਵਿੱਚ ਕੁੰਡੀ ਹੋਣ ਕਰਕੇ ਉਹਦੇ ਵਿੱਚ ਫਸ ਜਾਂਦੀ ਹੈ ਉਹ ਮਾਰੀ ਜਾਂਦੀ ਹੈ ਫਿਰ ਪ੍ਰਿੰਗ ਦਾ ਜ਼ਿਕਰ ਕੀਤਾ ਹੈ ਜਿਹਨੂੰ ਪੌਰਾ ਕਿਹਾ ਜਾਂਦਾ ਹੈ ਜਿਹੜੇ ਫੁੱਲਾਂ ਦੇ ਆਲੇ-ਦਲੇ ਕਾਲੇ-ਕਾਲੇ ਮਡਰਾਉਂਦੇ ਹਨ ਪੌਰੇ ਉਹਨਾਂ ਦਾ ਜ਼ਿਕਰ ਕੀਤਾ ਹੈ ਪ੍ਰਿੰਗ ਟ੍ਰੈਂਗਲ ਦੇ ਅੰਦਰ ਇੱਕ ਔਗਣ ਹੈ ਇੱਕ ਦੋਸ਼ ਹੈ ਕਿ ਉਹ ਬਾਸ਼ਨਾ ਦਾ ਭੁੱਖਾ ਹੈ ਜਿੱਥੇ ਬਾਸ਼ਨਾ ਉਹਨੂੰ ਆਉਂਦੀ ਹੈ ਉੱਤਰ ਨੂੰ ਉਹ ਭੱਜਦਾ ਹੈ ਤੋ ਫੁੱਲਾਂ ਦੀ ਬਾਸ਼ਨਾ ਲੈਣ ਦੇ ਲਈ ਜਦੋਂ ਉਹ ਫੁੱਲ ਦੇ ਉੱਤੇ ਬਹਿ ਜਾਂਦਾ ਹੈ ਤਾਂ ਉਹ ਉੱਥੇ ਬੈਠਾ ਰਹਿੰਦਾ ਹੈ ਤੇ ਬਾਸ਼ਨਾ ਲੈਂਦਾ ਰਹਿੰਦਾ ਹੈ ਪਰ ਜਦੋਂ ਸ਼ਾਮ ਪੈ ਜਾਂਦੀ ਹੈ ਰਾਤ ਪੈ ਜਾਂਦੀ ਹੈ ਫੁੱਲ ਆਪਣੇ ਆਪ ਨੂੰ ਬੰਦ ਕਰ ਲੈਂਦਾ ਹੈ ਇਕੱਠਾ ਕਰ ਲੈਂਦਾ ਹੈ ਤੋ ਉਹਦੇ ਅੰਦਰ ਬੰਦਰ ਰਹਿਣ ਕਰਕੇ ਕਿਉਂਕਿ ਉਹ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ ਤੋ ਇਸ ਕਾਰਨ ਉਹਦੇ ਬੰਦ ਉਹਦੇ ਅੰਦਰ ਬੰਦ ਹੋਣ ਕਰਕੇ ਉਹ ਮਾਰਿਆ ਜਾਂਦਾ ਹੈ ਇੱਕ ਦੋਖ ਦੇ ਕਾਰਨ ਸਿਰਫ ਫੁੱਲਾਂ ਦੀ ਬਾਸ਼ਨਾ ਦੇ ਖੁਸ਼ਬੂ ਦੇ ਕਾਰਨ ਉਹਦੀ ਮੌਤ ਹੋ ਜਾਂਦੀ ਹੈ ਪਤੰਗ ਫਿਰ ਪਤੰਗੇ ਦਾ ਜ਼ਿਕਰ ਹੈ ਜਿਹੜੇ ਆਪਾਂ ਦੇਖਦੇ ਹਾਂ بارش ਦੇ ਦਿਨਾਂ ਦੇ ਵਿੱਚ ਜੋ ਦੀਵਿਆਂ ਦੇ ਆਲੇ-ਆਲੇ ਆਲੇ-ਦੁਆਲੇ ਜੇ ਬਲਮਾਂ ਦੇ ਆਲੇ-ਦੁਆਲੇ ਮੰਡਰਾਉਂਦੇ ਨੇ ਤੇ ਉਹ ਜਿਹੜਾ ਪਤੰਗਾ ਪਤੰਗ ਹੈ ਪਤੰਗਾ ਉਹ ਉਹਨੂੰ ਦੋਸ਼ ਆ ਅੱਖ ਦਾ ਅਕੋਲੇ ਰੋਸ਼ਨੀ ਵਾਲ ਨੂੰ ਦੀਪ ਉਪਾਸ਼ਕਾ ਉਹ ਅੱਖ ਲੋ ਵਾਲ ਨੂੰ ਭੱਜਦੀ ਆ ਰੋਸ਼ਨੀਆਂ ਨੂੰ ਭੱਜਦੀ ਆ ਉਹਨੂੰ ਰੋਸ਼ਨੀ ਚੰਗੀ ਲੱਗਦੀ ਆ ਉਹ ਰੋਸ਼ਨੀ ਦੇ ਨਾਲ ਮੋਇਆ ਜਾਂਦਾ ਹੈ ਤੇ ਉਹ ਜਦੋਂ बार-बार ਕਿਉਂਕਿ ਹੁਣ ਤਾਂ ਵੱਲ ਆ ਗਏ ਹੁਣ ਵੱਲ ਵੱਲਵਾਂ ਦੇ ਵਿੱਚ ਵੀ ਟਕਰਾ ਕੇ ਉਹ ਮਰ ਜਾਂਦੇ ਨੇ ਤੇ ਪੁਰਾਣੇ ਸਮੇਂ ਦੇ ਵਿੱਚ ਦੀਵਿਆਂ ਦੇ ਉਹ ਅੱਗ ਦੀ ਲਪੇਟ ਵਿੱਚ ਆ ਜਾਂਦੇ ਜਦੋਂ बार-बार ਉਹ ਉਹਦੇ ਵਿੱਚ ਦੀ ਲੰਘਦੇ ਸੀ ਤਾਂ ਕਈ ਵਾਰ ਉਹ ਅੱਗ ਦੀ ਲਪੇਟ ਆ ਕੇ ਮਾਰੇ ਜਾਂਦੇ ਸੀ ਬਲਕਿ ਆਮ ਤੌਰ ਤੇ ਪਤੰਗੇ ਦੀ ਮੌਤ ਇਦਾਂ ਹੀ ਹੁੰਦੀ ਆ ਉਹ ਰੌਸ਼ਨੀ ਦਾ ਅੱਗ ਦਾ ਜੋ ਉਹਦੇ ਅੰਦਰ ਭਾਵਨਾ ਹੈ ਉਹਦੇ ਕਾਰਨ ਉਹ ਮਾਰਿਆ ਜਾਂਦਾ ਹੈ ਤੇ ਫਿਰ ਜੇਕਰ ਕੀਤਾ ਕੁੰਚਰ ਦਾ ਕੁੰਚਰ ਦਾ ਮਤਲਬ ਆ ਹਾਥੀ ਹਾਥੀ ਨੂੰ ਜਦੋਂ ਫੜਨਾ ਹੁੰਦਾ ਹੈ ਸ਼ਿਕਾਰੀ ਇੱਕ ਬਹੁਤ ਵੱਡਾ ਟੂਰ ਜੰਗਲ ਦੇ ਵਿੱਚ ਪੱਟ ਲੈਂਦੇ ਨੇ ਦੇ ਰੇ ਉੱਤੇ ਕੱਖਾਂ ਕਾਨਿਆਂ ਦਾ ਦੀ ਛੱਤ ਪਾ ਦਿੰਦੇ ਨੇ ਉਹਦੇ ਉੱਪਰ ਕਾਗਜ਼ ਦੀ ਬਣਾ ਕੇ ਬਨੌਟੀ ਹਥਣੀ ਖੜੀ ਕਰ ਦਿੰਦੇ ਨੇ ਤੇ ਉਹ ਜਿਹੜਾ ਹਾਥੀ ਆ ਉਹ ਹਥਣੀ ਨੂੰ ਅਸਲੀ ਹਥਣੀ ਸਮਝ ਕੇ ਉਧਰ ਨੂੰ ਜਾਂਦਾ ਹੈ ਤੇ ਉਹ ਉਸ ਟੋਏ ਦੇ ਵਿੱਚ ਡਿੱਗ ਜਾਂਦਾ ਹੈ ਤੇ ਉਹ ਡਿਗੇ ਹੋਏ ਹਾਥੀ ਨੂੰ ਉਹ ਸ਼ਿਕਾਰੀ ਕਾਬੂ ਕਰ ਲੈਂਦੇ ਹਨ ਰਹਾਉ ਐ ਇਸੇ ਕਰਕੇ ਇਹ ਜਿਹੜੇ 5 ਦੋਖ ਨੇ ਪੰਜੋ ਔਗਣਾ ਦੇ ਕਰਕੇ ਇਹਨਾਂ ਪੰਜਾਂ ਜੀਵਾਂ ਦੀ ਮੌਤ ਹੋ ਜਾਂਦੀ ਹੈ ਬਨਾਸ਼ ਹੋ ਜਾਂਦਾ ਹੈ ਤੇ ਅੱਗੇ ਸਤਿਗੁਰੂ ਰੁਪਦਾਸ ਜੀ ਮਹਾਰਾਜ ਕਹਿੰਦੇ ਨੇ ਪੰਜ ਦੁਖ ਅਸਾਧ ਜਾ ਮੈਂ ਤਾਂ ਕੀ ਕੇਤਕ ਆਸ ਅਸੀਂ ਜੋ ਪ੍ਰਾਣੀ ਮਨੁੱਖਾ ਜੂਨ ਦੇ ਵਿੱਚ ਬੈਠੇ ਆ ਜੋ ਮਨੁੱਖ ਹੈ ਇਹਨਾਂ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਪੰਜ ਪੰਜ ਦੁਖ ਨੇ ਪੰਜ ਪੰਜ ਔਗਣਾ ਦੇ ਨਾਲ ਭਰਿਆ ਹੋਇਆ ਹੈ ਤੋ ਇਸ ਕਰਕੇ ਸਤਗੁਰੂ ਦਾਸ ਜੀ ਮਹਾਰਾਜ ਕਹਿੰਦੇ ਵੀ ਸੋਚਦੇ ਨੇ ਇਹ ਦੇਖ ਕੇ ਵੀ ਉਹ ਜੀਵ ਜੰਤੂ ਤਾਂ ਇੱਕ ਇੱਕ ਔਗਣ ਕਰਕੇ ਇੱਕ ਇੱਕ ਦੋਸ਼ ਕਰਕੇ ਮਾਰੇ ਜਾਂਦੇ ਨੇ ਤੇ ਸਾਡੇ ਵਿੱਚ ਤਾਂ ਪੰਜ ਦੋਖ ਨੇ ਪੰਜ ਔਗਣ ਨੇ ਤੇ ਸਾਡੇ ਬਚਣ ਦੀ ਤਾਂ ਕੋਈ ਉਮੀਦ ਹੀ ਨਹੀਂ ਹੈ ਪੰਜ ਦੋਖ ਅਸਾਧ ਜਾਮੈਂ ਤਾਂ ਕਿ ਕੇਤਕ ਆਸ ਅਸਾਧ ਦਾ ਮਤਲਬ ਆ ਬਿਨਾਂ ਸਾਦੇ ਹੋਏ ਬਿਨਾਂ ਸਾਦੇ ਹੋਏ ਕੀ ਇਹ ਜਿਹੜੇ ਪੰਜ ਔਗਣ ਨੇ ਉਹ ਮਨੁੱਖ ਦੇ ਉੱਤੇ ਭਾਰੂ ਨੇ ਮਨੁੱਖ ਕੋ ਨਾ ਔਗਣ ਤੇ ਭਾਰੂ ਨਹੀਂ ਹੈ ਬਲਕੇ ਉਹ ਪੰਜ ਜਿਹੜੇ ਦੋਖ ਨੇ ਪੰਜ ਔਗਣ ਨੇ ਮਨੁੱਖ ਦੇ ਉੱਤੇ ਭਾਰੂ ਨੇ ਉਹ ਕਿਵੇਂ ਬਚੂਗਾ ਪੰਜ ਦੋਖ ਅਸਾਧ ਜਾਮੈਂ ਤਾਂ ਕੀ ਕੇਤਕ ਆਸ ਇਸ ਕਰਕੇ ਉਹਦੇ ਬਚਣ ਦੀ ਤਾਂ ਕੋਈ ਉਮੀਦ ਹੀ ਨਹੀਂ ਹੈ ਤੇ ਫਿਰ ਇਹਦੇ ਨਾਲ ਇਹ ਵੀ ਕਿਹਾ ਕਿ ਜਿਹੜਾ ਹੋਰ ਸਾਡੇ ਵਿੱਚ ਨੁਕਸਾ ਉਹ ਇਹ ਹੈ ਕਿ ਮਾਦੋ ਅਵਿਦਿਆਹਤਕੀਨ ਬਬੇਕ ਦੀਪ ਮਲੀਨ ਰਹਾਉ ਹੇ ਅਕਾਲ ਪੁਰਖ ਵੈਗਰੂ ਮਾਦੋ ਨੂੰ ਅਕਾਲ ਪੁਰਖ ਵੈਗਰੂ ਰੱਬ ਕਿਹਾ ਗਿਆ ਮਾਦੋ ਅਵਿਦਿਆ ਹਤਕੀਨ ਅਸੀਂ ਅਨਪੜਤਾ ਦੇ ਨਾਲ ਪਿਆਰ ਪਾਈ ਬੈਠੇ ਆਂ ਉੱਤੋਂ ਜਿਹੜਾ ਸਾਡੇ ਵਿੱਚ ਇੱਕ ਹੋਰ ਦੋਖ ਹੈ ਉਹ ਇਹ ਹੈ ਕਿ ਅਸੀਂ ਪਿਆਰ ਵੀ ਅਨਪੜਤਾ ਦੇ ਨਾਲ ਨਾ ਸਮਝੀ ਦੇ ਨਾਲ ਅਗਿਆਨਤਾ ਦੇ ਨਾਲ ਪਿਆਰ ਪਾਈ ਬੈਠੇ ਆ ਅਸੀਂ ਅਗਿਆਨੀ ਅਨਪੜ੍ਹ ਰਹਿਣਾ ਹੀ ਰਹਿਣ ਦੇ ਵਿੱਚ ਹੀ ਸਾਨੂੰ ਸਵਾਦ ਆ ਰਿਹਾ ਹੈ ਉਹੀ ਸਾਨੂੰ ਚੰਗੀ ਲੱਗਦੀ ਆ ਮਾਦੋ ਅਬਿਦਿਆ ਹਿਤਕੀਨ ਇੱਕ ਹੁੰਦੀ ਆ ਵਿਦਿਆ ਇੱਥੇ ਆ ਬਿਦਿਆ ਕਿਹਾ ਗਿਆ ਹੈ ਵਿਦਿਆ ਤੋਂ ਮਤਲਬ ਆ ਪੜ੍ਹਾਈ ਆ ਬਿਦਿਆ ਤੋਂ ਮਤਲਬ ਹੈ ਅਨਪੜਤਾ ਮਾਦੋ ਅਬਿਦਿਆ ਹਿਤਕੀਨ ਸਾਨੂੰ ਅਨਪੜਤਾ ਚੰਗੀ ਲੱਗਦੀ ਆ ਅਸੀਂ ਦੋਨੋਂ ਮਨੋਜੇ ਹੋ ਕੇ ਰਹਿਣਾ ਹੀ ਪਸੰਦ ਕਰਦੇ ਆ ਜੋ ਸਾਡੇ ਅੰਦਰ ਸੋਚ ਦਾ ਦੀਵਾ ਰੱਖ ਕੇ ਆਕਾਲਪੁਰਖ ਵਹਿਗੁਰੂ ਪਰਮੇਸ਼ਰ ਨੇ ਭੇਜਿਆ ਹੈ ਉਹਨੂੰ ਅਸੀਂ ਜਗਾਉਣਾ ਹੀ ਨਹੀਂ ਚਾਹੁੰਦੇ ਕਿਉਂਕਿ ਸਾਰੇ ਜੀਵਾਂ ਦੇ ਅੰਦਰ ਇੱਕੋ ਇੱਕ ਮਨੁੱਖਾ ਜਨਮ ਹੈ ਜਿਹਨੂੰ ਸੋਚ ਦਾ ਬੁੱਧੀ ਦੇ ਕੇ ਭੇਜਿਆ ਆਕਾਲਪੁਰਖ ਵਹਿਗੁਰੂ ਪਰਮੇਸ਼ਰ ਨੇ ਉਹ ਬੁੱਧੀ ਨੂੰ ਜਗਾ ਕੇ ਉਹ ਬੁੱਧੀ ਦਾ ਇਸਤੇਮਾਲ ਕਰਕੇ ਇਸ ਮਨੁੱਖ ਨੇ ਜਿੱਥੇ ਰੱਬ ਦੇ ਨਾਲ ਮਿਲਣਾ ਸੀ ਰੱਬ ਨੂੰ ਸਮਝਣਾ ਸੀ ਕਿ ਰੱਬ ਹੈ ਕੀ ਉਹਦੇ ਸਾਰੇ ਸੰਧਾਤ ਨੂੰ ਉਹਦੀ ਕੁਦਰਤ ਨੂੰ ਸਮਝਣਾ ਸੀ ਉਸ ਦੀਪ ਦੇ ਦੁਆਰਾ ਉਹ ਜਿਹੜਾ ਦੀਪ ਸਾਨੂੰ ਰੱਖਿਆ ਸਾਡੇ ਅੰਦਰ ਗਿਆਨ ਰੂਪੀ ਦੀਪ ਉਹਨੂੰ ਜਗਾ ਕੇ ਅਸੀਂ ਇਹ ਨਾਉਲ ਲੈਣੀ ਸੀ ਇਹ ਸਾਰਾ ਜੋ ਦਿਖਾਈ ਦੇ ਰਿਹਾ ਪਸਾਰਾ ਇਹਨੂੰ ਸਮਝਣਾ ਸੀ ਤੇ ਨਾਲ ਦੀ ਨਾਲ ਆਪਣਾ ਜਿਹੜਾ ਜੀਵਨ ਹੈ ਉਹ ਸੁਖੀ ਬਣਾਉਣਾ ਸੀਗਾ ਆਪਣੇ ਜੀਵਨ ਨੂੰ ਸੁਧਾਰਨਾ ਸੀਗਾ ਤੇ ਪੰਜ ਦੋਖ ਹੋਣ ਕਰਕੇ ਉਪਰੋਂ ਅਬਿਦਿਆਹਤਕੀਨ ਅਨਪੜਤਾ ਨਾਲ ਅਸੀਂ ਪਿਆਰ ਪਾਈ ਬੈਠੇ ਹਾਂ ਨਾ ਸਮਝਦੇ ਨਾਲ ਅਸੀਂ ਪਿਆਰ ਪਾਈ ਬੈਠੇ ਹਾਂ ਮਾਧੂ ਅਬਿਦਿਆਹਤਕੀਨ ਵਿਵੇਕ ਦੀਪ ਮਲੀਨ ਜਿਹੜੀ ਤੂੰ ਸਾਨੂੰ ਗਿਆਨ ਰੂਪੀ ਦੀਵਾ ਦੀਪਕ ਦੇ ਕੇ ਸਾਡੇ ਅੰਦਰ ਰੱਖ ਕੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਸੀ ਵੀ ਲੈ ਮੈਂ ਤੈਨੂੰ ਆ ਸੋਚ ਦਾ ਬੁੱਧੀ ਦਾ ਅਕਲ ਦਾ ਦੀਵਾ ਦੇ ਦਿੱਤਾ ਇਹਨੂੰ ਜਗਾ ਲਈ ਇਹਦੀ ਰੋਸ਼ਨੀ ਦੇ ਵਿੱਚ ਤੂੰ ਸਭ ਕੁਝ ਕਰ ਸਕਦਾ ਹੈ ਇਹਦੀ ਰੋਸ਼ਨੀ ਦੇ ਨਾਲ ਤੂੰ ਇਹ ਦਿਖ ਰਹੇ ਪਸਾਰੇ ਦਾ ਨੂੰ ਸਮਝ ਸਕਦਾ ਹੈ ਵੀ ਇਹ ਕੀ ਹੈ ਇਹ ਜੋ ਕੁਦਰਤ ਦਾ ਸਿਧਾਂਤ ਕਿਵੇਂ ਚੱਲ ਰਿਹਾ ਹੈ ਉਹਦਾ ਉਹਦਾ ਇਸਤੇਮਾਲ ਕਰਕੇ ਤੂੰ ਆਪਣਾ ਜੀਵਨ ਵੀ ਸੁਖੀ ਬਣਾ ਸਕਦਾ ਹੈ ਜਿਹੜਾ ਤੂੰ ਜੀਵਨ ਜਿਉ ਰਿਹਾ ਹੈ ਜੇ ਤੂੰ ਉਸ ਦੀਪ ਨੂੰ ਅਕਲ ਦੇ ਦੀਪ ਨੂੰ ਸਮਝਦਾਰੀ ਦੇ ਦੀਪ ਨੂੰ ਜਗਾ ਲਵੇਂ ਤਾਂ ਤੂੰ ਆਪਣਾ ਜਿਹੜਾ ਜੀਵਨ ਹੈ ਉਹ ਵਧੀਆ ਬਣਾ ਸਕਦਾ ਹੈ ਵਿਵੇਕ ਦੀਪ ਬਲੀਨ ਤੇ ਉਹ ਅਸੀਂ ਉਹ ਵੀ ਬੁਝਾ ਲਿਆ ਜਿਹੜਾ ਪਰਮਾਤਮਾ ਨੇ ਦਿੱਤਾ ਸੀ ਨਾ ਜਗਾਉਣ ਦੇ ਲਈ ਵੀ ਇਹਦੀ ਰੋਸ਼ਨੀ ਦੇ ਵਿੱਚ ਤੂੰ ਗਿਆਨ ਦੇ ਰਾਹੀ ਬੁੱਧੀ ਦੇ ਰਾਹੀ ਆਪਣੇ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਲਈ ਅਸੀਂ ਉਹ ਵੀ ਬੁਝਾਈ ਬੈਠੇ ਆ ਮਾਦੋ ਅਵਿਦਿਆ ਹੈ ਤਕੀਨ ਬਿਵੇਕ ਦੀਪ ਮਲੀਨ ਬਿਲਕੁਲ ਬੁਝ ਗਿਆ ਹੈ ਸਾਡਾ ਦੀਵਾ ਅਕਲ ਦਾ ਦੀਵਾ ਸਾਡਾ ਬੁੱਝ ਚੁੱਕਿਆ ਹੈ ਰਹਾਉ ਕਿਉਂਕਿ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਇਹ ਹੈ ਕਿ ਸਿਮਰ ਸਿਮਰ ਪ੍ਰਭ ਸਤਗੁਰ ਆਪਣਾ ਸੋਇਆ ਮਨ ਜਾਗਾਇਆ ਇਹ ਸਾਡੇ ਸੁੱਤੇ ਹੋਏ ਮਨ ਨੂੰ ਜਗਾਉਂਦੀ ਹੈ ਸਾਡੇ 부ਝੇ ਹੋਏ ਜਿਹੜਾ ਦੀਵਾ ਹੈ ਉਹਨੂੰ ਜਗਾਉਂਦੀ ਆ ਬਾਲਦੀ ਹੈ ਤੋਂ ਇਸ ਕਰਕੇ ਸਤਗੁਰੂ ਦਾਸ ਜੀ ਮਹਾਰਾਜ ਕਹਿੰਦੇ ਨੇ ਤ੍ਰਿਗਦ ਜੋਨ ਅਚੇਤ ਸੰਭਵ ਪੁਨ ਪਾਪ ਅਸੋਚ ਮਨੁੱਖਾ ਅਵਤਾਰ ਦੁਲਭ ਤੇਹੀ ਸੰਗਤ ਪੋਚ ਜਿਹੜੀਆਂ ਹੋਰ ਜੂਨਾ ਨੇ ਕਿਉਂਕਿ ਉਹ ਅਚੇਤ ਨੇ ਉਹਨਾਂ ਦੇ ਵਿੱਚ ਚੇਤਨਾ ਨਹੀਂ ਹੈ ਜਿਹੜੀਆਂ ਬਾਕੀ ਸਾਨੂੰ ਜੂਨਾ ਦਿਖਾਈ ਦਿੰਦੀਆਂ ਨੇ ਸੰਸਾਰ ਦੇ ਉੱਤੇ ਇਸ ਧਰਤੀ ਦੇ ਉੱਤੇ ਇਸ ਸ੍ਰਿਸ਼ਟੀ ਦੇ ਵਿੱਚ ਉਹਨਾਂ ਸਾਰਿਆਂ ਦੇ ਵਿੱਚ ਚੇਤਨਾ ਨਹੀਂ ਹੈ ਚੇਤਨਾ ਕੇਵਲ ਤੇ ਕੇਵਲ ਮਨੁੱਖਾ ਜੂਨ ਦੇ ਵਿੱਚ ਹੈ ਜਿਸ ਨੂੰ ਅਸੀਂ ਅਕਲ ਕਹਿੰਦੇ ਆ ਜਿਸ ਨੂੰ ਅਸੀਂ ਬੁੱਧੀ ਕਹਿੰਦੇ ਆ ਜਾਂ ਜਿਹੜਾ ਪੰਜਵਾਂ ਤੱਤ ਬਾਧੂ ਦਿੱਤਾ ਮਨੁੱਖਾਂ ਨੂੰ ਸੋ ਆਕਾਸ਼ ਦਾ ਆਕਾਸ਼ ਤੱਤ ਜਿਹੜਾ ਦਿੱਤਾ ਸਾਨੂੰ ਇਹ ਬੁੱਧੀ ਦਾ ਤੱਤ ਆ ਇਹ ਹੋਰ ਜੀਵਾਂ ਵਿੱਚ ਨਹੀਂ ਹੈ ਜੇ ਹੈ ਬਹੁਤ ਥੋੜਾ ਹੈ ਤੂੰ ਇਸ ਕਰਕੇ ਉਹ ਜਿਹੜੀਆਂ ਜੂਨਾ ਨੇ ਜਿਨ੍ਹਾਂ ਦੇ ਅੰਦਰ ਇਹ ਅਕਾਸ਼ ਤੱਤ ਨਹੀਂ ਹੈ ਉਹ ਅਚੇਤ ਨੇ ਚੇਤਨਾ ਨਹੀਂ ਹੈ ਉਹਨਾਂ ਦੇ ਅੰਦਰ ਤ੍ਰਿਗਤ ਜੂਨ ਅਚੇਤ ਸੰਭਵ ਪੁੰਨ ਪਾਪ ਅਸੋਚ ਉਹਨਾਂ ਨੂੰ ਕੋਈ ਪਤਾ ਨਹੀਂ ਪੁੰਨ ਕੀ ਹੁੰਦਾ ਪਾਪ ਕੀ ਹੁੰਦਾ ਮਾੜਾ ਕੀ ਆ ਚੰਗਾ ਕੀ ਆ ਤੋ ਇਸ ਕਰਕੇ ਉਹਨਾਂ ਦਾ ਕੋਈ ਅਸੀਂ ਮੰਨ ਸਕਦੇ ਹਾਂ ਵੀ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਹੈ ਕਿਉਂਕਿ ਉਹ ਅਚੇਤ ਨੇ ਉਹਨਾਂ ਦੇ ਵਿੱਚ ਬੁੱਧੀ ਦਾ ਤਤੈ ਹੀ ਹੈ ਨਹੀਂ ਪਰਮਾਤਮਾ ਨੇ ਦਿੱਤੇ ਹੀ ਨਹੀਂ ਹੈ ਉਹਨਾਂ ਦਾ ਅਸੀਂ ਕਸੂਰ ਨਹੀਂ ਕੱਢ ਸਕਦੇ ਤ੍ਰਿਗਤ ਜੂਨ ਅਚੇਤ ਸੰਭਵ ਪੁੰਨ ਪਾਪ ਅਸੋਚ ਉਹ ਉਹਨਾਂ ਦੀ ਸੋਚ ਨਹੀਂ ਹੈ ਉਹਨਾਂ ਦੀ ਇੰਨੀ ਸੋਚ ਨਹੀਂ ਉਹ ਚੰਗੇ ਮਾੜੇ ਨੂੰ ਸਮਝ ਲੈਣਾ ਬਹੁਤ ਘੱਟ ਸੋਚ ਆ ਉਹਨਾਂ ਦੇ ਅੰਦਰ ਤੋ ਮਾਨੁਖਾ ਅਵਤਾਰ ਦੁਲੱਭ ਤੇਹੀ ਸੰਗਤ ਪੋਚ ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ ਸੀ ਪ੍ਰਾਣੀਆਂ ਨੂੰ ਮਨੁੱਖਾਂ ਨੂੰ ਤੇ ਉਹ ਇੰਨਾ ਕੀਮਤੀ ਹੈ ਦੁਲੱਭ ਹੈ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ ਇਹ ਬਾਰ-ਬਾਰ ਨਹੀਂ ਮਿਲਦਾ ਹੈ ਜਿਸ ਜੂਨ ਦੇ ਵਿੱਚ ਆਪਾਂ ਹੁਣ ਬੈਠੇ ਆ ਨਾ ਮਨੁੱਖਾ ਜੂਨ ਦੇ ਵਿੱਚ ਇਹ ਇੰਨੀ ਦੁਰਲਭ ਹੈ ਕਿ ਇਹ ਬਾਰ-ਬਾਰ ਨਹੀਂ ਮਿਲਦੀ ਇੱਕ ਵਾਰ ਮਿਲਦੀ ਆ ਬਹੁਤ ਦੇਰ ਦੇ ਬਾਅਦ ਲੱਖਾਂ ਸਾਲਾਂ ਦੇ ਬਾਅਦ ਸਾਨੂੰ ਇਹ ਇੱਕ ਵਾਰ ਪ੍ਰਾਪਤ ਹੁੰਦੀ ਆ ਮਾਨੁੱਖਾ ਉਪ ਅਵਤਾਰ ਦੁਲਭ ਤੇ ਇਹ ਮਿਲਦੀ ਤਾਂ ਹੈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੁਣ ਇੱਥੇ ਐਸ ਜੂਨ ਦੇ ਵਿੱਚ ਰਹਿ ਕੇ ਜਿਹੜਾ ਤੈਨੂੰ ਪੰਜਵਾਂ ਤੱਤ ਆਕਾਸ਼ ਦਾ ਦਿੱਤਾ ਹੈ ਜੋ ਬੁੱਧੀ ਦਾ ਉਹਨੂੰ ਦੀਵੇ ਨੂੰ ਜਗਾ ਕੇ ਰੌਸ਼ਨ ਕਰਕੇ ਉਸ ਦੀਵੇ ਦੀ ਅਕਲ ਦੀ ਰੌਸ਼ਨੀ ਦੇ ਅੰਦਰ ਬੁੱਧੀ ਦੀ ਰੌਸ਼ਨੀ ਦੇ ਅੰਦਰ ਤੈਨੂੰ ਸਾਰਾ ਕੁਝ ਦਿਖਾਈ ਦਿਖਦੈਣਾ ਤੈਨੂੰ ਹਰ ਗੱਲ ਸਮਝ ਪੈ ਜਾਣੀ ਆ ਆ ਜੋ ਦਿਖ ਰਹੀ ਸ੍ਰਿਸ਼ਟੀ ਆ ਇਹਦਾ ਗਿਆਨ ਹੋ ਜਾਣਾ ਹੈ ਤੇ ਤੈਨੂੰ ਉਹ ਰਾਹ ਵੀ ਪਤਾ ਲੱਗ ਜਾਣਾ ਉਹ ਸੋਝੀ ਵੀ ਆ ਜਾਣੀ ਹੈ ਰੱਬ ਦੇ ਬਾਰੇ ਪਰਮਾਤਮਾ ਬਾਰੇ ਵੀ ਤੂੰ ਗਿਆਨ ਇਸੇ ਇੱਥੋਂ ਹੀ ਹਾਸਲ ਕਰਨਾ ਹੈ ਇਸੇ ਦੁਆਰਾ ਹੀ ਹਾਸਲ ਕਰਨਾ ਹੈ ਪਰ ਜਿਹਨੂੰ ਜਗਾ ਕੇ ਤੂੰ ਇਹ ਗਿਆਨ ਹਾਸਲ ਦੇ ਰਾਹੀਂ ਉਹਦੇ ਬਾਰੇ ਨੌਲੇਜ ਲੈਣੀ ਸੀ ਜਾਣਕਾਰੀ ਲੈਣੀ ਸੀ ਉਹਨੂੰ ਤੂੰ ਭਜਾਈ ਬੈਠਾ ਵਿਵੇਕ ਦੀਪ ਮਲੀਨ ਉਹ ਤੇਰਾ 부ਝਿਆ ਪਿਆ ਹੈ ਤੇ ਮਨੁੱਖਾ ਅਵਤਾਰ ਦੁਲਬ ਤੇਹੀ ਸੰਗਤ ਪੋਚ ਇਹ ਵੀ ਥੱਲੇ ਗਿਰਿਆ ਪਿਆ ਵਾ ਇਹਦੀ ਸੋਚ ਵੀ ਸਾਡੀ ਜਿਹੜੀ ਸੋਚ ਹੈ ਇਹ ਇਹਦੇ ਵਿੱਚ ਤਾਂ ਉਹ ਅਕਲ ਦਾ ਦੀਵਾ ਪਿਆ ਸੀ ਉਹਨੂੰ ਜਗਾ ਸਕਦੇ ਸੀ ਮਨੁੱਖਾ ਅਵਤਾਰ ਦੁਲਭ ਤੇਹੀ ਸੰਗਤ ਪੋਚ ਇਹ ਵੀ ਥੱਲੇ ਡਿਗਿਆ ਪਿਆ ਇਹ ਵੀ ਨੀਵੀਆਂ ਸੰਗਤਾਂ ਦੇ ਵਿੱਚ ਪਿਆ ਹੋਇਆ ਵਾ ਇਹ 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 ਵੀ ਨੇ ਵੀ ਜਿਸ ਮਕਸਦ ਦੇ ਲਈ ਇਹ ਵਸਤੂ ਪ੍ਰਮਾਤਮਾ ਨੇ ਇਹਦੇ ਅੰਦਰ ਇਹਨੂੰ ਰੱਖ ਕੇ ਭੇਜੀ ਸੀ ਬੁੱਧੀ ਦੀ ਅਕਲ ਦੀ ਇਹ ਅਕਲ ਨੂੰ ਵੀ ਇਹ ਥੱਲੇ ਨੀਵੇਂ ਪੱਧਰ ਤੇ ਲਈ ਬੈਠਾ ਹੈ ਇਹ ਇਸ ਦੇ ਨਾਲ ਇਹਨੇ ਉੱਚਾ ਉੱਠਣਾ ਸੀ ਇਸ ਗਿਆਨ ਦੇ ਰਾਹੀ ਇਹਨੇ ਇੰਨਾ ਉੱਚਾ ਉੱਠ ਜਾਣਾ ਸੀ ਕਿ ਇਹਨੂੰ ਹਰ ਗੱਲ ਦੀ ਸੋਝੀ ਆ ਜਾਣੀ ਸੀ ਪਰ ਇਹ ਤਾਂ ਤੇਹੀ ਸੰਗਤ ਪੋਚ ਇਹ ਵੀ ਨੀਮੀ ਸੰਗਤ ਔਗਣਾ ਦੇ ਵਿੱਚ ਫਸਿਆ ਪਿਆ ਨਾ ਸਮਝੀ ਦੇ ਵਿੱਚ ਫਸਿਆ ਪਿਆ ਵਾ ਇੱਥੋਂ ਦੇ ਧਰਮ ਦੇ ਠੇਕਾਂ ਦੇ ਠੇਕੇਦਾਰਾਂ ਦੇ ਜਾਲ ਦੇ ਵਿੱਚ ਫਸਿਆ ਪਿਆ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਆ ਜੋ ਜਗ੍ਹਾ ਜਗ੍ਹਾ ਧਰਮ ਦੇ ਨਾਂ ਤੇ ਦੁਕਾਨਾਂ ਖੁੱਲੀਆਂ ਨੇ ਮੇਰਾ ਸ਼ੋਸ਼ਣ ਕਰ ਰਹੀਆਂ ਨੇ ਉਹਨੂੰ ਇੰਨਾ ਵੀ ਪਤਾ ਨਹੀਂ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਦੇ ਮਾਇਆ ਜਾਲ ਦੇ ਵਿੱਚ ਉਹ ਪੂਰੀ ਤਰ੍ਹਾਂ ਫਸਿਆ ਗਿਆ ਹੈ ਪਿਆ ਹੈ ਇਸੇ ਕਰਕੇ ਸਤਗੁਰੂ ਦਾਸ ਜੀ ਮਹਾਰਾਜ ਕਹਿੰਦੇ ਨੇ ਤੇਹੀ ਸੰਗਤ ਪੋਚ ਤੇ ਉਹ ਵੀ ਜਿਹੜੀ ਸਾਡੀ ਸੰਗਤ ਹੈ ਉਹ ਵੀ ਇੰਨੀ ਨੀਵੀਂ ਹੈ ਉਹ ਥੱਲੇ ਗਿਰ ਚੁੱਕੀ ਹੈ ਜਿਹਨੇ ਉੱਪਰ ਉੱਠਣਾ ਸੀ ਤੇ ਫਿਰ ਕੀ ਕਹਿੰਦੇ ਨੇ ਜੀ ਜੰਤ ਜਹਾ ਜਹਾਂ ਲਗ ਕਰਮ ਕੇ ਵਸ ਜਾਏ ਕਾਲ ਫਾਸ ਅਬਦ ਲਾਗੇ ਕਛੂ ਨਾ ਚੱਲੇ ਪਾਏ ਇਹ ਜਿਹੜੇ ਬਾਕੀ ਜੀਵ ਨੇ ਇਹ ਕਰਮਾਂ ਦੇ ਅਧੀਨ ਇਹਨਾਂ ਨੂੰ ਜੋ ਹੈ ਉਹ ਜੁਨ ਮਿਲੀ ਆ ਜਿਹੇ ਜੇ ਉਹਨਾਂ ਨੇ ਪਿੱਛੇ ਚੰਗੇ ਕਰਮ ਨਹੀਂ ਕੀਤੇ ਉਹ ਕੋਈ ਕੁੱਤਾ ਬਣ ਗਿਆ ਕੋਈ ਬਿੱਲਾ ਬਣ ਗਿਆ ਕੋਈ ਗਧਾ ਬਣ ਗਿਆ ਕੋਈ ਜਾਨਵਰ ਕਬੂਤਰ ਜਾਂ ਕਾਂ ਜਿੰਨੇ ਵੀ ਸਾਨੂੰ ਦਿਖਾਈ ਦੇਣੇ ਕੋਈ ਦਰਖਤ ਬਣ ਗਏ ਇਹ ਜਿੰਨਾ ਕੋ ਉਹਦਾ ਪਿਛਲੀ ਕਮਾਈ ਸੀਗੀ ਉਹਦੇ ਅਨੁਸਾਰ ਉਹ ਬਣ ਗਏ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਵਸ ਜਾਏ ਆਪਣੇ ਕੰਮਾਂ ਦੇ ਆਧਾਰ ਤੇ ਕੀਤੇ ਹੋਏ ਕਰਮਾਂ ਦੇ ਆਧਾਰ ਤੇ ਕੰਮਾਂ ਦੇ ਆਧਾਰ ਤੇ ਉਹਨਾਂ ਦਾ ਉਹਨਾਂ ਨੂੰ ਅਗਲਾ ਜੀਵਨ ਮਿਲ ਗਿਆ ਕਾਲ ਫਾਸ ਅਬਦ ਲਾਗੇ ਕਛੂ ਨਾ ਚੱਲੇ ਆਪਾਏ ਤੇ ਉਹਨਾਂ ਦੇ ਅੰਦਰ ਇੰਨਾ ਗਿਆਨ ਨਹੀਂ ਹੈ ਕਿ ਜੰਮਣ ਮਰਨ ਦਾ ਇਹ ਜਿਹੜਾ ਸਿਲਸਿਲਾ ਸੀ ਉਹ ਤੋਂ ਬਾਹਰ ਆ ਸਕੀਏ ਉਹਨਾਂ ਦੇ ਵਿੱਚ ਉਹਨਾਂ ਦੇ ਗਲਾਂ ਦੇ ਵਿੱਚ ਮੌਤ ਦੀ ਫਾਹੀ ਪੱਕੀ ਪਈ ਹੋਈ ਆ ਉਸ ਮੌਤ ਦੀ ਫਾਹੀ ਨੂੰ ਗਲੋਂ ਨਹੀਂ ਕੱਢ ਸਕਦੇ ਲਾ ਨਹੀਂ ਸਕਦੇ ਕਿਉਂਕਿ ਉਹ ਚੇਤ ਨੇ ਉਹਨਾਂ ਦੇ ਅੰਦਰ ਚੇਤਨਾ ਨਹੀਂ ਹੈ ਕਾਲ ਫਾਸ ਅਬਦ ਲੱਗੇ ਕਛੂ ਨਾ ਚੱਲੇ ਉਪਾਏ ਉਹਨਾਂ ਦਾ ਕੋਈ ਉਪਾਅ ਨਹੀਂ ਚੱਲਦਾ ਕਿਉਂਕਿ ਉਹ ਬੁੱਧੀ ਦਾ ਤਤ ਜੋ ਬੰਦਿਆਂ ਨੂੰ ਦਿੱਤਾ ਉਹ ਉਹਨਾਂ ਨੂੰ ਰੱਬ ਨੇ ਨਹੀਂ ਦਿੱਤਾ ਹੈ ਇਸ ਕਰਕੇ ਉਹ ਤਾਂ ਬਸ ਉਹ ਕਰਮ ਦੇ ਅਧੀਨ ਚੱਲੇ ਆਉਂਦੇ ਨੇ ਉਹਨਾਂ ਦੇ ਬਸ ਆਪਣੇ ਕੁਝ ਨਹੀਂ ਹੈ ਲੇਕਿਨ ਬੰਦੇ ਨੂੰ ਬੁੱਧੀ ਦਾ ਤਤ ਦਿੱਤਾ ਗਿਆਨ ਦਾ ਤਤ ਦਿੱਤਾ ਜਿਹਦਾ ਇਸਤੇਮਾਲ ਕਰਕੇ ਇਹ ਇਸ ਦੈਰੇ ਤੋਂ ਬਾਹਰ ਆ ਸਕਦਾ ਹੈ ਕਾਲ ਫਾਸ ਅਬੱਧ ਲਾਗੇ ਕਛੂ ਨਾ ਚੱਲੇ ਉਪਾਏ ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮ ਆਨੰਦ ਕਰੋ ਨਿਦਾਨ ਅਖੀਰ ਦੇ ਵਿੱਚ ਸਤਗੁਰੂ ਰਵਦਾਸ ਜੀ ਮਹਾਰਾਜ ਕੀ ਕਹਿੰਦੇ ਨੇ ਕਿ ਹੇ ਰਵਦਾਸ ਆਪਣੇ ਆਪ ਨੂੰ ਸਮਝਾਉਣੇ ਤੇ ਉਹਨਾਂ ਦਾ ਉਹ ਆਪਣੇ ਆਪ ਨੂੰ ਸਮਝਾਉਣਾ ਅਸਲ ਵਿੱਚ ਸਾਨੂੰ ਸਮਝਾਉਣਾ ਉਹਨਾਂ ਦੇ ਸਮਝਾਏ ਹੋਏ ਤੋਂ ਅਸੀਂ ਸਮਝਣਾ ਹੈ ਰਵਦਾਸ ਦਾਸ ਉਦਾਸ ਤਜ ਭਰਮ ਆਹ ਜਿਹੜੇ ਤੂੰ ਬਹਿਮ ਭਰਮਾਂ ਦੇ ਵਿੱਚ ਫਸਿਆ ਫਿਰਦਾ ਇਹਨਾਂ ਨੂੰ ਤਜ ਦੇ ਛੱਡ ਦੇ ਇਹਨਾਂ ਤੋਂ ਬਾਗੀ ਹੋ ਜਾ ਉਦਾਸ ਹੋ ਜਾ ਉਪਰਾਮ ਹੋ ਜਾ ਇਹ ਜਿਹੜੇ ਬਹਿਮ ਭਰਮ ਤੂੰ ਪਾਲੇ ਹੋਏ ਨਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਜਿਹੜੇ ਨਕਲੀ ਧਰਮ ਧਰਮਾਂ ਦੇ ਵਿੱਚ ਤੂੰ ਫਸਿਆ ਹੋਇਆ ਹੈ ਨਾ ਇਹ ਧਰਮ ਦੇ ਠੇਕੇਦਾਰਾਂ ਨੇ ਜਿਹੜੀਆਂ ਨਕਲੀ ਦੁਕਾਨਾਂ ਖੋਲੀਆਂ ਉਹਨਾਂ ਦੇ ਵਿੱਚ ਤੂੰ ਫਸਿਆ ਹੋਇਆ ਹੈ ਨਾ ਇਹਨਾਂ ਨੂੰ ਤਜ ਦੇ ਇਹਨਾਂ ਨੂੰ ਛੱਡ ਦੇ ਇਹਨਾਂ ਤੋਂ ਆਰਾਮ ਹੋ ਜਾ ਤਜ ਭਰਮ ਬਹਿਮ ਭਰਮ ਪਖੰਡੇ ਸਾਰੇ ਤਜ ਦੇ ਤਪਨ ਤਪ ਗੁਰ ਗਿਆਨ ਆਹ ਗੱਲ ਸਮਝਣ ਵਾਲੀ ਆ ਸਤਗੁਰੂ ਰਬਦਾਸ ਜੀ ਮਹਾਰਾਜ ਜੀ ਨੇ ਕਿਸ ਚੀਜ਼ ਦੀ ਤਪੱਸਿਆ ਕੀਤੀ ਕੋਈ ਉਹ ਪੁੱਠੇ ਲਟਕੇ ਨਹੀਂ ਕੀਤੀ ਹੈਗੀ ਭੋਰਿਆਂ ਦੇ ਵਿੱਚ ਬੈ ਕੇ ਨਹੀਂ ਕੀਤੀ ਹੈਗੀ ਜਾਂ ਜਲ ਧਾਰੇ ਕਰਕੇ ਨਹੀਂ ਕੀਤੀ ਹੈਗੀ ਜਾਂ ਹੋਰ ਅਨੇਕਾਂ ਤਰ੍ਹਾਂ ਦੀਆਂ ਸਮਾਧੀਆਂ ਲਾ ਕੇ ਨਹੀਂ ਕੀਤੀ ਹੈਗੀ ਇਹ ਇਦਾਂ ਦੀ ਤਪੱਸਿਆ ਕੋਈ ਨਹੀਂ ਕੀਤੀ ਹੈਗੀ ਵੈਸੇ ਭਗਤ ਮਾਲ ਦੀਆਂ ਕਹਾਣੀਆਂ ਜਿਹੜੀਆਂ ਸਾਨੂੰ ਸੁਣਾਈਆਂ ਜਾਂਦੀਆਂ ਉਹਨਾਂ ਵਿੱਚ ਇਦਾਂ ਦੀਆਂ ਜ਼ਰੂਰ ਗੱਲਾਂ ਦੱਸੀਆਂ ਜਾਂਦੀਆਂ ਨੇ ਉਹਨਾਂ ਨੇ ਜੀ ਉੱਥੇ ਇੰਨੇ ਸਾਲ ਤਪੱਸਿਆ ਕੀਤੀ ਇੰਨੇ ਸਾਲ ਜੇ ਕੀਤਾ ਉਹ ਕੀਤਾ ਜਿਹੜੀਆਂ ਕੀਤੀਆਂ ਹੀ ਨਹੀਂ ਉਹ ਉਹ ਭਗਤ ਮਾਲ ਦੀਆਂ ਕਹਾਣੀਆਂ ਰਹੀਂ ਸਾਡੇ ਤੇ ਥੋਪੀਆਂ ਜਾਂਦੀਆਂ ਨੇ ਤੋਂ ਮੈਂ ਕਿਤੇ ਕਿਸੇ ਭੋਗ ਦੇ ਉੱਤੇ ਮੈਨੂੰ ਕਿਸੇ ਨੇ ਟਾਈਮ ਦੇਤਾ ਵੀ ਤੁਸੀਂ ਵੀ ਆਪਣੇ ਵਿਚਾਰ ਰੱਖੋ ਵੀ ਸ਼ਰਦਾ ਦੇ ਫੁੱਲ ਭੇਟ ਕਰੋ ਉਦੋਂ ਪਹਿਲਾਂ ਜਿਹੜਾ ਕੀਰਤਨੀ ਜਥਾ ਲੱਗਿਆ ਹੋਇਆ ਸੀ ਉਹਨੇ ਬੜਾ ਕਿਹਾ ਵੀ ਇੰਨੇ ਸਾਲ ਉਹਨਾਂ ਨੇ ਉੱਥੇ ਭੂਰੇ ਦੇ ਵਿੱਚ ਰਹਿ ਕੇ ਤਪੱਸਿਆ ਕੀਤੀ ਇੰਨੇ ਸਾਲ ਉੱਥੇ ਕੀਤੀ ਤੇ ਫਿਰ ਮੈਂ ਜਦੋਂ ਕਿਹਾ ਵੀ ਭਾਈ ਸਤ ਗੁਰੂ ਦਾਸ ਜੀ ਮਹਾਰਾਜ ਜੀ ਨੇ ਇਹੋ ਜੀ ਕੋਈ ਤਪੱਸਿਆ ਨਹੀਂ ਕੀਤੀ ਹੁਣ ਜੇ ਉਹ ਇੰਨੇ ਸਾਲ ਉੱਥੇ ਪੋਰੀਆਂ ਤੇ ਬੈਠੇ ਰਹੇ ਜਾਂ ਇੱਕ ਜਗ੍ਹਾ ਤੇ ਬੈਠ ਕੇ ਤਪੱਸਿਆ ਕਰਦੇ ਰਹੇ ਉਹ ਤਾਂ ਸਾਰੇ ਦੇਸ਼ ਦੇ ਵਿੱਚ ਘੁੰਮੇ ਨੇ ਪੰਜਾਬ ਚ ਵੀ ਆਏ ਹੋਰ ਥਾਵਾਂ ਤੇ ਵੀ ਗਏ ਤੇ ਉਹ ਟਾਈਮ ਉਹ ਤੁਹਾਨੂੰ ਕਿੱਥੋਂ ਮਿਲਿਆ ਤੇ ਫਿਰ ਜੇ ਉਹ ਤਪੱਸਿਆ ਦੇ ਨਾਲ ਕੋਈ ਸਿਮਰਦਾ ਹੁੰਦਾ ਤਾਂ ਡਾਕਟਰ 바ਵਾ ਸਾਹਿਬ ਵੇਟ ਕਰਨ ਨੂੰ ਵੀ ਕੀ ਲੋੜ ਸੀ ਉਹ ਵੀ ਤਪੱਸਿਆ ਦੇ ਰਾਹੀਂ ਸਾਡਾ ਜੀਵਨ ਸੁਧਾਰ ਦਿੰਦੇ ਤੋ ਇਸੇ ਕਰਕੇ ਉਹਨਾਂ ਨੇ ਕੋਈ ਇਹੋ ਜੀਆਂ ਤਪੱਸਿਆਵਾਂ ਨਹੀਂ ਕੀਤੀਆਂ ਆਪ ਉਹਨਾਂ ਦਾ ਸ਼ਬਦ ਬੋਲ ਕੇ ਕਹਿ ਰਿਹਾ ਹੈ ਕੀ ਕਹਿ ਰਿਹਾ ਵਾ ਰਬਿਦਾਸ ਦਾਸ ਉਦਾਸ ਤਜ ਭਰਮ ਬਹਿਮ ਭਰਮ ਛੱਡ ਦੇ ਤੱਪਨ ਤਪ ਗੁਰ ਗਿਆਨ ਕਿਹੜਾ ਤੱਪ ਕਰ ਤੂੰ ਗੁਰੂ ਦਾ ਗਿਆਨ ਹਾਸਲ ਕਰ ਅਕਲ ਦੇ ਨਾਲ ਗੁਰੂ ਦਾ ਗਿਆਨ ਹਾਸਲ ਕਰ ਤੱਪਨ ਤਪ ਗੁਰੂ ਗਿਆਨ ਇੱਧਰ ਨੂੰ ਅਸੀਂ ਤੁਰਦੇ ਨੇ ਜਿੱਥੇ ਅਕਲ ਦੀ ਗੱਲ ਹੁੰਦੀ ਆ ਜਿੱਥੋਂ ਸਾਨੂੰ ਅਕਲ ਦੇ ਰਾਹੇ ਕੁਝ ਮਿਲਣਾ ਉੱਥੇ ਅਸੀਂ ਖੜਕੇ ਵੀ ਰਾਜੀ ਨਹੀਂ ਹੈਗੇ ਉੱਥੋਂ ਅਸੀਂ ਭੱਜਦੇ ਆ ਤੇ ਜੇ ਕਈ ਭਾਈ ਕਿਤਾਬਾਂ ਪੜ੍ਹ ਲਓ ਲਾਇਬ੍ਰੇਰੀਆਂ ਬਣਨੀਆਂ ਚਾਹੀਜੇ ਨੇ ਪਿੰਡ-ਪਿੰਡ ਦੇ ਵਿੱਚ ਸਾਡੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਕਿਤਾਬਾਂ ਦੇ ਰਾਹੀਂ ਗਿਆਨ ਹਾਸਲ ਕਰੀਏ ਕੋਈ ਪੜਕਾ ਹੀ ਰਾਜੀ ਨਹੀਂ ਅਵਿਦਿਆ ਹਤਕੀਨ ਉਹ ਪਹਿਲਾਂ ਲਿਖ ਗਏ ਸਤਿਗੁਰੂ ਬਦਾ ਜੀ ਮਹਾਰਾਜੀ ਸਾਡਾ ਪਿਆਰ ਹੀ ਨਾ ਸਮਝੀ ਦੇ ਨਾਲ ਪਿਆ ਹੋਇਆ ਅਨਪੜਤਾ ਦੇ ਨਾਲ ਅਨਪੜ ਰਹਿ ਕੇ ਹੀ ਅਸੀਂ ਰਾਜੇ ਆ ਜਿਵੇਂ ਕਿਸੇ ਨਾਲੀ ਦੇ ਕੀੜੇ ਨੂੰ ਆਪਾਂ ਬਾਹਰ ਕੱਢੀਏ ਨਾ ਉਹ ਬਾਰ ਬਾਰ ਫੇਰ ਉਧਰ ਨੂੰ ਹੀ ਜਾਂਦਾ ਅਸੀਂ ਵੀ ਸਾਡਾ ਸਾਡੇ ਸਮਾਜ ਦਾ ਇਹੀ ਹਾਲ ਆ ਸਾਡੇ ਰਹਿਬਰ ਉਹਨਾਂ ਨੂੰ ਉੱਚਾ ਉਠਾਉਣ ਦੇ ਲਈ ਆਪਣਾ ਸਾਰਾ ਜੀਵਨ ਲਾ ਕੇ ਚਲੇ ਗਏ ਲੇਕਿਨ ਇਹ ਬਾਰ ਬਾਰ ਫੇਰ ਉਥੇ ਹੀ ਡਿੱਗੀ ਜਾਂਦੇ ਨੇ ਉਹ ਬਾਰ ਬਾਰ ਉਥੇ ਜਾ ਕੇ ਫੇਰ ਡਿੱਗਦੇ ਨੇ ਜਾਣੀ ਕਿ ਆਪਣੀ ਬੁੱਧੀ ਤੇ ਆਪਣੇ ਦਿਮਾਗ ਤੇ ਇਹ ਭਾਰ ਦੇ ਕਈ ਰਾਜੇ ਨਹੀਂ ਉਹ ਜਿਹੜਾ ਦੀਵਾ ਦਿੱਤਾ ਸੀ ਜੋ ਗਿਆਨ ਰੂਪੀ ਦੀਵਾ ਦਿੱਤਾ ਸੀ ਪ੍ਰਮਾਤਮਾ ਨੇ ਵੀ ਲੈ ਆਇਆ ਜਗਾ ਕੇ ਤੂੰ ਆਪਣਾ ਜੀਵਨ ਸੁਧਾਰ ਲਈ ਅਕਲ ਦੇ ਨਾਲ ਆਪਣਾ ਉੱਚਾ ਉੱਠ ਜਾਈ ਉਹ ਅਸੀਂ ਭਜਾਈ ਬੈਠੇ ਹਾਂ ਤੋ ਇਸ ਕਰਕੇ ਸਤਿਗੁਰੂ ਦਾਸ ਜੀ ਮਹਾਰਾਜ ਕਹਿੰਦੇ ਨੇ ਤਪਨ ਤਪ ਗੁਰ ਗਿਆਨ ਗਿਆਨ ਜਿੰਨਾ ਚੋਂ ਤੂੰ ਹਾਸਲ ਕਰ ਹੁੰਦਾ ਕਰ ਆਪਾਂ ਪੜ੍ਹਦੇ ਆ ਨਾ ਬਈ ਬਾਬਾ ਸਾਹਿਬ ਮੇੜਕਾਰ 2 2 ਵਜੇ ਤੱਕ ਪੜ੍ਹਦੇ ਰਹੇ ਕਿਤਾਬਾਂ ਜੇ ਉਹ ਉਹ ਤਪ ਉਹ ਤਪ ਕਿਤਾ ਉਹਨਾਂ ਨੇ ਤਪਨ ਤਪ ਗੁਰ ਗਿਆਨ ਗਿਆਨ ਦੀ ਤਪੱਸਿਆ ਕੀਤੀ ਉਹ ਗਿਆਨ ਗੁਰੂ ਆ ਗਿਆਨ ਰੂਪੀ ਗੁਰੂ ਦੀ ਤਪੱਸਿਆ ਕੀਤੀ ਬਾਬਾ ਸਾਹਿਬ ਨੇ ਉਹ ਗਿਆਨ ਹਾਸਲ ਕਰਕੇ ਤਾਂ ਉਹ ਸਾਡੇ ਹੱਕਾਂ ਤੇ ਅਧਿਕਾਰਾਂ ਦੀ ਲੜਾਈ ਲੜ ਸਕੇ ਤਾਂ ਉਹ ਸੰਵਧਾਨ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹ ਗਿਆਨ ਦਾ ਨੂੰ ਪ੍ਰਗਟਾਉਣ ਦਾ ਜਦੋਂ ਮੌਕਾ ਮਿਲਿਆ ਉਹਨਾਂ ਨੇ ਸੰਵਧਾਨ ਦੇ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਸਾਡੇ ਹੱਕ ਹੱਕ ਲਿਖ ਕੇ ਦਿੱਤੇ ਅਧਿਕਾਰ ਲਿਖ ਕੇ ਦਿੱਤੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਕਿਵੇਂ ਲੈ ਕੇ ਦਿੱਤਾ ਜੇ ਉਹ ਵੀ ਅਨਪੜ੍ਹ ਹੁੰਦੇ ਜੇ ਉਹਨਾਂ ਦਾ ਵੀ ਮੋਹ ਪਿਆਰ ਵਿੱਦਿਆ ਦੇ ਨਾਲ ਹੁੰਦਾ ਅਭਿਦਿਆ ਹੈ ਤਕੀਨ ਕੀਤਾ ਹੁੰਦਾ ਤਾਂ ਫਿਰ ਉਹ ਕਿਵੇਂ ਸਾਡੇ ਅਧਿਕਾਰਾਂ ਦੀ ਲੜਾਈ ਲੜ ਸਕਦੇ ਸੀਗੇ ਉਹਨਾਂ ਨੇ ਵੀ ਤਪਨ ਤਪ ਗੁਰ ਗਿਆਨ ਜਿਹੜੀ ਗੱਲ ਸਤਿਗੁਰੂ ਰਬਦਾਸ ਜੀ ਮਹਾਰਾਜ ਜੀ ਨੇ ਕਹੀ ਕਿ ਗਿਆਨ ਕਮਾ ਜਿੰਨਾ ਕਪਾ ਹੁੰਦਾ ਇਹਦੀ ਤਪੱਸਿਆ ਕਰ ਸਾਰੀ ਸਾਰੀ ਰਾਤ ਬੈ ਕੇ ਪੜ ਸਕਦਾ ਤਾਂ ਤਾਂ ਵੀ ਪੜ ਤਪਨ ਇਹ ਤੇਰੀ ਅਸਲੀ ਤਪੱਸਿਆ ਇਹ ਤਪੱਸਿਆ ਚ ਤੈਨੂੰ ਕੁਝ ਮਿਲਣਾ ਇਹਦੇ ਵਿੱਚੋਂ ਹੀ ਕੁਝ ਨਿਕਲਣਾ ਤੇ ਬਾਬਾ ਸਾਹਿਬ ਨੇ ਉਹ ਜਿਹੜੀ ਪਹਿਲਾਂ ਕਹੀ ਹੋਈ ਗੱਲ ਸੀ ਡਾਕਟਰ ਪੀ ਸ੍ਰੀ ਸਤਗੁਰੂ ਰਬਲਾ ਹਜੀ ਦੀ ਉਹਦੇ ਤੇ ਅਮਲ ਕੀਤਾ ਤੇ ਅੱਧੀ ਅੱਧੀ ਰਾਤ ਤਾਈ ਉਹ ਪੜਦੇ ਰਹੇ ਤਪੱਸਿਆ ਕੀਤੀ ਗਿਆਨ ਨੂੰ ਗਿਆਨ ਦੀ ਗਿਆਨ ਨੂੰ ਵੱਧ ਤੋਂ ਵੱਧ ਆਪਣੇ ਅੰਦਰ ਹਾਸਲ ਕੀਤਾ ਤੇ ਹਾਸਲ ਕੀਤੇ ਹੋਏ ਗਿਆਨ ਦੇ ਰਾਹੀਂ ਕਿੰਨੇ ਸਮਾਜ ਦਾ ਭਲਾ ਕਰ ਕੀਤਾ ਉਹਨਾਂ ਨੇ ਰਵਿਦਾਸ ਦਾਸ ਉਦਾਸ ਤਜ ਭਰਮ ਆ ਜਿਹੜਾ ਤੂੰ ਬਹਿਮਾ ਭਰਮਾ ਪਖੰਡਾਂ ਦੇ ਵਿੱਚ ਪਿਆ ਹੈ ਇਹਨੂੰ ਛੱਡ ਦੇ ਤਪਨ ਤਪ ਗੁਰ ਗਿਆਨ ਜੇ ਕੋਈ ਤਪੱਸਿਆ ਕਰਨੀ ਆ ਤਾਂ ਗਿਆਨ ਹਾਸਲ ਕਰ ਵੱਧ ਤੋਂ ਵੱਧ ਕਿਉਂਕਿ ਗਿਆਨ ਹੀ ਗੁਰੂ ਆ ਤਪਨ ਤਪ ਗਿਆਨ ਗੁਰੂ ਪ੍ਰਕਾਸ਼ਿਆ ਅ ਗਿਆਨ ਅੰਧੇਰ ਬਨਾਸ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮ ਆਨੰਦ ਕਰੋ ਨਿਦਾਨ ਇਹ ਮੈਨੂੰ ਗਿਆਨ ਦੇ ਕੇ हे ਕਾਲਪੁਰਖ ਵਹਿਗਰੂ हे ਪਰਮੇਸ਼ਰ ਤੇ ਮੈਨੂੰ ਇਹ ਗਿਆਨ ਦਵੋ ਤੂੰ ਹੀ ਆਪਣੇ ਸੇਵਕਾਂ ਦਾ ਜਿਹੜਾ ਭੈ ਹੈ ਡਰ ਹੈ ਦੂਰ ਕਰਨ ਵਾਲਾ ਹੈ ਭਗਤ ਜਨ ਭੈ ਹਰਨ ਪਰਮ ਆਨੰਦ ਕਰੋ ਨਿਦਾਨ ਮੇਰੇ ਉੱਤੇ ਵੀ ਇਹ ਕਿਰਪਾ ਕਰੋ ਤੇ ਮੈਨੂੰ ਵੀ ਉਹ ਜਿਹੜਾ ਗੁਰੂ ਦੇ ਗਿਆਨ ਦਾ ਦਾ ਜਿਹੜਾ ਤਪਣ ਹੈ ਤਪੱਸਿਆ ਕਰਨ ਦੀ ਤਾਕਤ ਬਖਸ਼ੋ ਬਖਸ਼ੋ ਬੁੱਧੀ ਬਖਸ਼ੋ ਬਲ ਬਖਸ਼ੋ ਤੇ ਇਹੀ ਬੇਨਤੀਆ ਕਰਦਾ ਹੋਇਆ ਵਿਚਾਰ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਮਾਫੀ ਚਾਹੁੰਦਾ ਹਾਂ ਮੈਂ ਰਜਾ ਲੈਣਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ